ਸੋ ਆਮ ਆਦਮੀ ਪਾਰਟੀ ਕੁਝ ਵੱਖਰੇ ਤੇ ਨਵੇਂ ਅੰਦਾਜ਼ ਦੇ ਨਾਲ ਲੋਕਾਂ ਦੇ ਵਿੱਚ ਆਉਣਾ ਚਾਹੁੰਦੀ ਹੈ ਡਾਇਲੋਗ ਮੁਹਿੰਮ ਦੇ ਜ਼ਰੀਏ। ਖੈਰ 2017 ਦੇ ਮਿਸ਼ਨ 'ਚ ਡਾਇਲੋਗ ਮੁਹਿੰਮ ਕਿੰਨਾ ਕੁ ਲੋਕਾਂ 'ਤੇ ਪ੍ਰਭਾਵ ਪਾਵੇਗੀ ਇਹ ਜਨਤਾ ਜਨਾਦਨ ਖੁਦ ਤੈਅ ਕਰੇਗੀ। ਅੱਗੇ ਗੱਲ ਸੁਰਖੀਆਂ ਦੇ ਵਿੱਚ ਰਹਿਣ ਵਾਲੇ ਸਿੱਧੂ ਜੋੜ ਦੀ ਕਰ ਲੈਂਦੇ ਹਾਂ। ਨਵਜੋਤ ਕੌਰ ਸਿੱਧੂ ਦੇ ਅਕਾਲੀ ਭਾਜਪਾ ਗੱਠਜੋੜ ਦੇ ਖਿਲਾਫ ਬਿਆਨ ਨੇ ਸਿਆਸਤ ਦੇ ਵਿੱਚ ਹੋਰ ਵੀ ਗਰਮਾਹਟ ਲਿਆ ਦਿੱਤੀ ਹੈ। ਜਿੱਥੇ ਇੱਕ ਪਾਸੇ ਭਾਜਪਾ ਨੇ ਮੀਟਿੰਗ ਕੋਰ ਕਮੇਟੀ ਦੀ ਕਰਕੇ ਬੀਜੇਪੀ ਆਗੂਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ, ਉੱਥੇ ਨਵਜੋਤ ਕੌਰ ਸਿੱਧੂ ਦੇ ਬਿਆਨ ਨੇ ਇਹ ਸੰਕੇਤ ਦੇ ਦਿੱਤੇ ਨੇ ਕਿ ਅਕਾਲੀ ਬੀਜੇਪੀ ਦੇ ਇਕੱਠੇ ਚੋਣਾਂ ਲੜਨ ਦਾ ਸਾਥ ਨਹੀਂ ਦੇਣਗੇ। ਨਵਜੋਤ ਕੌਰ ਦੇ ਮੁਤਾਬਕ ਨਾ ਉਹ ਬੀਜੇਪੀ ਲਈ ਪ੍ਰਚਾਰ ਕਰਨਗੇ ਨਾ ਚੋਣਾਂ ਦੇ ਵਿੱਚ ਹਿੱਸਾ ਲੈਣਗੇ। ਇੰਨਾ ਹੀ ਨਹੀਂ, ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਅਕਾਲੀ ਦਲ ਦੇ ਨਾਲ ਜੇ ਮਿਲ ਕੇ ਬੀਜੇਪੀ ਨੇ ਚੋਣਾਂ ਲੜੀਆਂ ਤਾਂ ਸਿੱਧੂ ਜੋੜਾ ਬਿਲਕੁਲ ਵੀ ਬੀਜੇਪੀ ਦਾ ਸਾਥ ਨਹੀਂ ਦੇਵੇਗਾ। ਅਭੀ ਤੱਕ ਐਸੀ ਕੋਈ ਖਬਰ ਹੈ ਨਹੀਂ, ਨਾ ਐਸੀ ਕੋਈ ਡਿਸੀਜਨ ਹੈ ਜੋ ਹਮੇ ਕਿਸੀ ਵੀ ਲੈਵਲ ਪੇ ਪਤਾ ਚਲੀ ਹੈ। ਪਰ ਐਸੀ ਕੋਈ ਡਿਸੀਜਨ ਹੋਤੀ ਹੈ ਤੋ ਹਮ ਪਾਰਟੀ ਡਿਸੀਜਨ ਕੋ ਰਿਸਪੈਕਟ ਕਰਤੇ ਹੈ। ਪਰ ਸਿੱਧੂ ਪਰਿਵਾਰ ਕਭੀ ਵੀ ਇਲੈਕਸ਼ਨਸ ਨਹੀਂ ਲੜੇਗਾ ਅਗਰ ਭਾਜਪਾ ਔਰ ਅਕਾਲੀ ਦਲ ਇਕੱਠੇ ਲੜਤੇ ਹੈ, ਔਰ ਨਾ ਹੀ ਪ੍ਰਚਾਰ ਕਰੇਗਾ। ਅਭੀ ਤੱਕ ਨਾ ਤੋ ਐਸੀ ਕੋਈ ਬਾਤ ਹੈ, ਔਰ ਅਗਰ ਉਨਕੇ ਸਾਥ ਕੋਈ ਐਸੀ ਬਾਤ ਹੋਈ ਹੈ ਤੋ ਉਸਕਾ ਡਿਸੀਜਨ ਵੋ ਹੀ ਲੇਂਗੇ। ਉਨਕੀ ਮਰਜ਼ੀ ਹੈ ਕਿ ਵੋ ਲੇਂ ਕਿ ਨਹੀਂ, ਔਰ ਜ਼ਰੂਰੀ ਨਹੀਂ ਹੋਤਾ ਕਿ ਲਾਈਫ ਮੇਂ ਪੋਲੀਟਿਕਸ ਕੇ ਸਿਵਾਏ ਤੁਹਾਰੇ ਪਾਸ ਕੁਛ ਵੀ ਨਹੀਂ ਹੈ। ਦੇਸ਼ ਕੀ ਸੇਵਾ ਕਰਨੀ ਹੈ ਤੋ ਤੁਮ ਕਿਸੀ ਤਰ੍ਹਾਂ ਵੀ ਕਰ ਸਕਤੇ ਹੋ। ਯੇ ਉਨਕੋ ਪੁੱਛਣਾ ਪੜੇਗਾ, ਬਟ ਮੁਝੇ ਲਗਤਾ ਨਹੀਂ, ਕਿਉਂਕਿ ਸਰਕਾਰ ਤੋ ਫਿਰ ਕੰਬਾਈਂਡ ਬਨਨੀ ਹੈ। ਤੋ ਅਗਰ ਕਰਨਾ ਹੋਤਾ ਤੋ ਉਨਕੇ ਗੁਰੂ ਹੈ ਜੇਟਲੀ ਸਰ, ਤੋ ਤਬ ਵੋ ਜ਼ਰੂਰ ਆਤੇ। ਅਗਰ ਉਨਕੇ ਡਿਫਰੈਂਸਿਸ ਅਕਾਲੀ ਦਲ ਕੇ ਸਾਥ ਹੈ ਤੋ ਅਕਾਲੀ ਦਲ ਅਗਰ ਪਾਰਟਨਰ ਹੈ ਸਰਕਾਰ ਕੀ, ਤੋ ਮਤਲਬ ਹੀ ਨਹੀਂ ਕਿ ਪ੍ਰਚਾਰ ਕਰੇ, ਔਰ ਹਮ ਦੋਨੋਂ ਕਾ ਹੀ ਮਤਲਬ ਨਹੀਂ ਕਿ ਹਮ ਦੋਨੋਂ ਪ੍ਰਚਾਰ ਕਰੇ। ਸੋ ਕੋਈ ਫਰਕ ਨਹੀਂ ਪੜਤਾ, ਪਾਰਟੀ ਬਹੁਤ ਬੜੀ ਹੈ, ਬਹੁਤ ਸਾਰੇ ਨੇਤਾ ਹੈ ਉਸਮੇ। ਖੈਰ, ਨਵਜੋਤ ਕੌਰ ਸਿੱਧੂ ਨੇ ਉਹਨਾਂ ਸੰਕੇਤਾਂ ਤੋਂ ਪਰਦਾ ਚੁੱਕਣ ਦੀ ਕੋਸ਼ਿਸ਼ ਕੀਤੀ ਹੈ ਜਿਸ ਵਿੱਚ ਅਜੇ ਤੱਕ ਅਕਾਲੀ ਬੀਜੇਪੀ ਦੇ ਗੱਠਜੋੜ ਬਣੇ ਜਾਂ ਨਾ ਬਣੇ ਰਹਿਣ ਦੇ ਉੱਤੇ ਸਵਾਲ ਬਰਕਰਾਰ ਸੀ। ਪਰ ਅਜਿਹੇ ਦੇ ਵਿੱਚ ਇੱਕ ਸੰਕੇਤ ਹੋਰ ਵੀ ਮਿਲ ਰਿਹਾ ਕਿ ਕਿਤੇ ਸਿੱਧੂ ਜੋੜੇ ਨੂੰ ਕਿਸੇ ਹੋਰ ਪਾਰਟੀ ਦਾ ਨਿਉਤਾ ਤਾਂ ਨਹੀਂ ਇਸ ਬਗਾਵਤ ਦਾ ਕਾਰਨ ਬਣਾ ਰਿਹਾ।